ਸਲਾਮ ਅਲੈਕੁਮ ਜੀ, ਦਾਨਿਸ਼ ਐਗਰੀਕਲਚਰ 'ਚ ਖੁਸ਼ ਆਮਦੀਦ। ਮੀਆਂ ਚੰਨੂ ਗੱਲਾਂ ਮੰਡੀ ਦੇ ਅੰਦਰ ਇਸ ਵਕਤ ਮੈਂ ਮੌਜੂਦ ਹਾਂ। ਕਣਕ ਨੇ ਮਾਸ਼ਾਅੱਲਾ ਢੇਰ ਲਾਏ ਹੋਏ, ਸਰੋਂ ਆਈ ਹੋਈ ਆ, ਇਹ ਮੂੰਗੀ ਪਈ ਹੋਈ ਆ, ਤਿਲ ਵੀ ਆਏ ਹੋਏ ਆ, ਮੂੰਜੀ ਵੀ ਆਈ ਹੋਈ ਆ, ਸਾਰੇ ਰੇਟ ਤੁਹਾਨੂੰ ਦੱਸਦੇ ਹਾਂ। ਸਭ ਤੋਂ ਪਹਿਲੇ ਅਗਰ ਗੰਦਮ ਦੀ ਗੱਲ ਕੀਤੀ ਜਾਵੇ ਤਾਂ ਅੱਜ ਖਰੀਦਦਾਰੀ 'ਚ ਕਾਫੀ ਜ਼ਿਆਦਾ ਇਜ਼ਾਫਾ ਦੇਖਿਆ ਜਾ ਰਿਹਾ। ਤਕਰੀਬਨ 3300 ਤੋਂ ਲਾ ਕੇ 3500 ਤੱਕ ਆ ਪਾੜਤੀ ਖਰੀਦਦੇ ਪਏ ਆ। ਬਾਕੀ ਅੱਗੇ ਘਰਾਂ ਵਾਲਿਆਂ ਨੂੰ ਜਿਹੜੀ ਆ ਉਹ ਤਕਰੀਬਨ 3600 3500 ਯਾਨੀ 5000 ਰੁਪਏ ਰੱਖ ਕੇ ਉਹ ਦਿੰਦੇ ਪਏ ਆ। ਇਸ ਤੋਂ ਬਾਅਦ ਅਗਰ ਦੀ ਗੱਲ ਕੀਤੀ ਜਾਵੇ ਮੂੰਗੀ ਦੀ, ਤਾਂ ਮੂੰਗੀ ਦੀ ਹਲੇ ਬੋਲੀ ਨਹੀਂ ਸ਼ੁਰੂ ਹੋਈ। ਤਿਲਾਂ ਦੀ ਕੀਮਤ ਦੇ ਵਿੱਚ ਬੜੀ ਘੱਟ ਹੋ ਗਈ, ਅੱਜ ਬੜਾ ਕਮੀ ਦੇਖੀ ਜਾ ਰਹੀ ਹੈ। ਤਿਲ ਜਿਹੜੇ 15000 15.5 ਹਜ਼ਾਰ ਨੂੰ ਚੰਗੇ ਤਿਲ ਜਿਹੜੇ ਉਹ ਫਰੋਖਤ ਹੋ ਰਹੇ ਆ। ਸਰੋਂ ਜਿਹੜੀ ਹੈ ਤਕਰੀਬਨ 6000 ਤੋਂ ਲੱਗ ਕੇ 6300-400 ਰੁਪਏ ਤੱਕ ਫਰੋਖਤ ਹੋ ਰਹੀ ਹੈ। ਅਤੇ ਇਸੇ ਤਰ੍ਹਾਂ ਗੁੜ ਜਿਹੜਾ ਵਾ 4500 ਤੋਂ ਲੱਗ ਕੇ ਹਲਕਾ ਜਿਹੜਾ ਵਾ, ਜਿਹੜਾ ਚੰਗਾ ਵਾ 6500-7000 ਤੱਕ ਫਰੋਖਤ ਹੋ ਰਿਹਾ। ਇਹ ਮੀਆਂ ਚੰਨੂ ਗੱਲਾਂ ਮੰਡੀ ਦੇ ਰੇਟ ਤੁਹਾਡੇ ਨਾਲ ਸ਼ੇਅਰ ਕੀਤੇ ਆ। ਮੂੰਜੀ ਜਿਹੜੀ ਆ ਹੱਥ ਨਾਲ ਕੱਢੀ ਹੋਈ 4800 ਰੁਪਏ ਤੱਕ ਫਰੋਖਤ ਹੋ ਰਹੀ ਹੈ। ਬਾਕੀ ਤੁਹਾਡੇ ਇਲਾਕੇ 'ਚ ਕੀ ਰੇਟ ਆ ਸਾਨੂੰ ਕਮੈਂਟਸ 'ਚ ਜ਼ਰੂਰ ਦੱਸਿਓ। ਇਨਸ਼ਾਅੱਲਾ ਇੱਕ ਨਵੀਂ ਵੀਡੀਓ ਦੇ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਅੱਲਾ ਹਾਫਿਜ਼।